केंद्र सरकार दे वल्लों सारे ही तरह दे अनाज दे उपर GST लगाउण दे इस फैसले दे उत्ते हर पासे विरोध वेखण नूं मिल रहा है। इस फैसले दे तहत ही बुढलाडा विच आड़ती एसोसीएशन दे वल्लों भी रोस प्रदर्शन देखण नूं मिलिया। इस दौरान आड़ती एसोसीएशन दे वल्लों हड़ताल करके कारोबार बंद रखे गए। इस फैसले दे उत्ते आड़तियां दा कहना सी कि इस फैसले दे नाल समाज नूं काफ़ी मुश्किलों का सामना करना पवेगा अते इस दे नाल महंगाई विच वी वाधा होवेगा अते गरीब वर्ग दे लोग जो हन उन्हां नूं दो वक्त दी रोटी भी खाणी मुश्किल हो जाएगी। इसलिए उन्हां दे वल्लों इस फैसले का विरोध किया जा रहा है। कुल मिला के आड़तियों का यह कहना सी कि सरकार का जे ये फैसला लागू हो जाता है तो सिर्फ आड़ती ही नहीं सगों पूरा समाज ही इस फैसले का खामियाजा भुगतेगा। इस तो अलावा पत्रकारों नाल गलबात दौरान वधेरे जानकारी देंदे हुए आड़ती एसोसीएशन के आगुआ ने की गल सांझी की है, आओ सुनते हाँ। जे तुसी फर्नीचर टाइल या फिर मार्बल खरीदने बारे सोच रहे हो तो हुण बाजार विच नहीं लगाउणे पैणगे चक्कर, समय दी होवेगी बचत। अमृतसर दा मशहूर फौजी मोदी खाना मार्बल एंड फर्नीचर हाउस थोड़े लिए लेके आया सुनहरी मौका। हुण इको छत हेठ मिलेगा बाजार नालों सस्ता ते वधिया समान, जिवें बैड, सोफा, अलमारी, टाइलां, हर किस्म दा मार्बल, नेड़े गुरुद्वारा छेरटा साहिब अमृतसर। वधेरे जानकारी लैण दे लई इक वार संपर्क जरूर करो 79-860-88-452 88-81-44-836। इहदा मेन कारण जो फसलां ने टोटल सारियां फसलां ते सेंटर सरकार GST ला रही आ, जबकि प्रोसैसिंग तो बाद GST लगता हुंदा। ਇਹ ਮਤਲਬ ਕਿ ਫਸਲ ਜੋ ਪੈਦਾ ਹੋ ਗਈ ਉਸ ਤੋਂ ਬਾਅਦ ਜਦੋਂ ਵਿਕਣੀ ਆ ਉਦੋਂ ਇਹਦੇ ਉੱਤੇ GST ਲਾ ਰਹੀ ਆ, ਜੋ ਕਿ ਇੱਕ ਬਹੁਤ ਹੀ ਤੁਗਲਕੀ ਫਰਮਾਨ ਆ, ਜਿਹਦਾ ਰਿਜ਼ਲਟ ਇਹ ਹੋਣਾ ਕਿ ਵੀ ਸਾਡਾ ਜੋ ਆੜਤੀਆਂ ਦਾ ਕੰਮ ਵੀ ਵੱਧ ਜਾਣਾ ਅਤੇ ਸਾਨੂੰ GST ਦੇ ਹੋਰ ਨਵੇਂ ਜੋ ਸਿਸਟਮ ਨੇ ਉਹਨਾਂ ਦੇ ਵਿੱਚ ਆਉਣਾ ਪੈਣਾ ਅਤੇ ਸਾਡੇ ਕੰਮ ਵੱਧ ਜਾਣੇ ਨੇ। ਨੰਬਰ 2 'ਤੇ ਮਹਿੰਗਾਈ ਬਹੁਤ ਵੱਡੇ ਪੱਧਰ 'ਤੇ ਵੱਧ ਜਾਣੀ ਆ, ਕਿਉਂਕਿ ਅਨਾਜ ਆ ਜੋ ਹਰੇਕ ਬੰਦੇ ਦੀ ਜ਼ਰੂਰਤ ਆ, ਮੱਧ ਵਰਗੀ ਅਤੇ ਜੋ ਗਰੀਬ ਲੋਕ ਨੇ ਉਹਨਾਂ ਵਾਸਤੇ ਅਨਾਜ ਦੇ ਜਦੋਂ ਹੋਰ ਰੇਟ ਵੱਧ ਗਏ ਉਹਨਾਂ ਨੂੰ ਆਪਦਾ ਘਰ ਚਲਾਉਣਾ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਆਉਣਗੀਆਂ, ਜਿਹੜੀਆਂ ਕਿ ਇੱਕ ਟੈਕਸ ਦੇ ਰੂਪ ਵਿੱਚ ਸਰਕਾਰ ਲੈ ਜੂਗੀ ਅਤੇ ਆਮ ਖਪਤਕਾਰ ਭਾਵ ਮੱਧ ਵਰਗੀ ਅਤੇ ਗਰੀਬ ਲੋਕਾਂ ਦੇ ਉੱਤੇ ਬਹੁਤ ਵੱਡਾ ਅਸਰ ਪੈਣਾ ਅਤੇ ਲੋਕ ਜੋ ਹੋਰ ਗਰੀਬ ਨੇ ਹੋਰ ਜ਼ਿਆਦਾ ਗਰੀਬੀ ਰੇਖਾ 'ਚ ਚਲੇ ਜਾਣਗੇ, ਜਿੱਦਾਂ ਸਾਡੇ ਸਮਾਜ ਨੂੰ ਮੁਆਵਜ਼ਾ ਭੁਗਤਣਾ ਪਊਗਾ। ਇਹ ਅੱਜ ਦੀ ਹੜਤਾਲ ਦਾ ਮੁੱਖ ਕਾਰਨ ਹੈ, ਜਿਹੜੀ ਸੈਂਟਰ ਸਰਕਾਰ ਵੱਲੋਂ ਸਮੇਂ ਸਮੇਂ 'ਤੇ ਆੜ੍ਹਤੀ ਵਿਰੋਧ ਦੇ ਕਾਨੂੰਨ ਲਿਆਉਂਦੇ ਜਾ ਰਹੇ ਹੈ। ਪਹਿਲਾਂ ਉਹਨਾਂ ਨੇ ਨਰਮੇ 'ਤੇ ਆੜ੍ਹਤ ਬੰਦ ਕੀਤੀ, ਫਿਰ ਉਹਨਾਂ ਨੇ ਹੁਣ ਅਨਾਜਾਂ 'ਤੇ ਜੋ ਖੇਤੀ ਨਾਲ ਸੰਬੰਧਿਤ ਫਸਲਾਂ ਨੇ ਉਹ 'ਤੇ 5% GST ਲਾ ਦਿੱਤੀ, ਜਿਸ ਦਾ ਪੂਰੇ ਸਾਨੂੰ ਪੰਜਾਬ ਪ੍ਰਧਾਨ ਵੱਲੋਂ ਹੁਕਮ ਆਇਆ ਵੀ ਪੂਰੇ ਪੰਜਾਬ ਦੇ ਵਿੱਚ ਹੜਤਾਲ ਕਰਨੀ ਹੈ। ਅੱਜ ਅਸੀਂ ਪੂਰਾ ਬੁਢਲਾਡਾ ਦੁਕਾਨਾਂ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ ਔਰ ਸਾਰਾ ਦਿਨ ਰੱਖਾਂਗੇ। ਨਾਲ ਦੀ ਨਾਲ ਇਹ ਵੀ ਕਹਿਣਾ ਬਣਦਾ ਵੀ ਮੋਦੀ ਸਰਕਾਰ ਦੇ ਵਿੱਚ ਜੋ ਗਲਤ ਪਰੰਪਰਾਵਾਂ ਚੱਲ ਰਹੀਆਂ ਉਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ, ਕਿਉਂਕਿ ਸਰਕਾਰਾਂ ਨੇ ਲੋਕਾਂ ਨੂੰ ਰੁਜ਼ਗਾਰ ਦੇਣੇ, ਲੇਕਿਨ ਇਹ ਰੁਜ਼ਗਾਰ ਖੋਲ੍ਹਣ 'ਤੇ ਲੱਗੇ ਨੇ। ਕਦੇ ਵਿਚੋਲੀਏ ਕਹਿੰਦੇ ਹੈ, ਕਦੇ ਦਲਾਲ ਕਹਿੰਦੇ ਹੈ। ਆਉਣ ਵਾਲੇ ਸਮੇਂ 'ਚ ਇਸ ਗੱਲ ਦਾ ਵੀ ਅਸੀਂ ਇਹਨਾਂ ਨੂੰ ਸਬਕ ਸਿਖਾਉਣ ਲਈ ਦ੍ਰਿੜਤਾ ਨਾਲ ਕੰਮ ਕਰਾਂਗੇ। ਬੁਢਲਾਡਾ ਤੋਂ ਜਤਿੰਦਰ ਰਿੰਕੂ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।